ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਆਪਣੇ ਚੈਨਲ ਫਸਟ ਚੁਆਇਸ 'ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਜਿਹੜੇ ਵਿਊਅਰਸ ਨਵੇਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲੇ ਤੁਹਾਨੂੰ ਸਭ ਤੋਂ ਪਹਿਲਾਂ। ਅਤੇ ਆਪਣਾ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ, ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ। ਅਤੇ ਜਿਹੜਾ ਆਪਣਾ ਸਕਰੀਨ 'ਤੇ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ, ਜੋ ਵੀ ਸੂਟ ਪਸੰਦ ਆਉਂਦਾ ਤੁਸੀਂ ਉਹਦਾ ਸਕਰੀਨਸ਼ੋਟ ਲੈਣਾ, ਇਸ ਨੰਬਰ 'ਤੇ ਵਟਸਐਪ ਕਰ ਦੇਣਾ। ਉਸ ਤੋਂ ਬਾਅਦ ਤੁਹਾਨੂੰ ਇੱਕ ਨੰਬਰ ਦੇਵਾਂਗੇ, ਤੁਸੀਂ ਉਹਦੇ 'ਤੇ ਆਪਣੀ ਔਨਲਾਈਨ ਪੇਮੈਂਟ ਕਰਨੀ ਹੈ, ਐਡਰੈਸ ਭੇਜਣਾ, ਸੂਟ ਤੁਹਾਡੇ ਘਰ ਪਹੁੰਚ ਜੂਗਾ ਫਰੀ ਆਫ ਸ਼ਿਪਿੰਗ। ਸ਼ਿਪਿੰਗ ਚਾਰਜਸ ਕੋਈ ਨਹੀਂ ਹੋਣਗੇ, ਜੋ ਵੀ ਕੋਸਟ ਇੱਥੇ ਬੋਲੀ ਜਾਂਦੀ ਵੀਡੀਓ 'ਚ ਤੁਸੀਂ ਉਹੀ ਕੋਸਟ ਜਿਹੜੀ ਉਹ ਪੇ ਕਰਨੀ ਹੁੰਦੀ ਹੈ। ਅਤੇ ਇੱਕ ਆਪਣੀ ਵੀਡੀਓ ਦੀ ਟਾਈਮਿੰਗ ਹੈਗੀ ਆ ਜੀ ਸ਼ਾਮ ਦੇ 5 ਵਜੇ, ਇੰਡੀਆ ਟਾਈਮ ਦੇ ਅਨੁਸਾਰ ਸ਼ਾਮ ਦੇ 5 ਵਜੇ, ਠੀਕ ਹੈ ਜੀ। ਅਤੇ ਲਓ ਜੀ, ਇੱਕ ਅੱਜ ਖੁਸ਼ਖਬਰੀ ਹੈ ਜਿਹੜੀ ਉਹ ਵੀ ਸ਼ੇਅਰ ਕਰਦਾ। ਵੈਸੇ ਤਾਂ ਇਹ ਵੀਡੀਓ ਪਤਾ ਨਹੀਂ ਤੁਹਾਡੇ ਕੋਲ ਕਦੋਂ ਪਹੁੰਚਣੀ ਹੈ, ਅਤੇ ਪਤਾ ਨਹੀਂ ਕੱਲ੍ਹ ਨੂੰ ਆਉਣੀ ਹੈ ਜਾਂ ਪਰਸੋਂ ਆਉਣੀ ਹੈ, ਪਰ ਅੱਜ ਹੈਗੀ ਹੈ 17 ਤਰੀਕ ਦੇ ਦਿਨ ਹੈਗਾ ਸੰਡੇ। ਅਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਛੋਟਾ ਸਿੱਧੂ ਵਾਪਸ ਆ ਗਿਆ, ਠੀਕ ਹੈ ਜੀ। ਅਤੇ ਬੀਬੀ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਹੈਗਾ, ਬਸ ਪੁੱਛੋ ਹੀ ਨਾ, ਬੀਬੀ ਤਾਂ ਇੰਨੀ ਜ਼ਿਆਦਾ ਖੁਸ਼ ਹੈ, ਇੰਨੀ ਜ਼ਿਆਦਾ ਬੀਬੀ ਨੂੰ ਸਮਝ ਨਹੀਂ ਆ ਰਹੀ ਵੀ ਮੈਂ ਸ਼ਬਦ ਕਿੱਥੋਂ ਲੱਭਾਂ, ਵੀ ਕਿਹੜੇ ਸ਼ਬਦਾਂ 'ਚ ਬਿਆਨ ਕਰਾਂ ਅਤੇ ਕਿੱਥੇ ਜਾ ਕੇ ਦੱਸਾਂ ਕਿਸੇ ਨੂੰ ਅਤੇ ਉਹਨਾਂ ਨੂੰ ਮਿਲਾਂ ਜਾ ਕੇ, ਹੈ ਨਾ। ਬਹੁਤ ਜ਼ਿਆਦਾ ਖੁਸ਼ ਹੋਈ ਪਈ ਆ, ਅਤੇ ਬੀਬੀ ਨੂੰ ਮਿਲ ਲਓ ਮਾੜਾ ਜਿਹਾ ਤੁਸੀਂ ਵੀ ਅੱਜ। ਲਓ ਜੀ ਮਿਲੋ ਤੁਸੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਰਿਆਂ ਨੂੰ ਵਧਾਈਆਂ, ਅੱਜ ਛੋਟੇ ਸਿੱਧੂ ਦੀਆਂ ਸਾਰਿਆਂ ਨੂੰ ਵਧਾਈਆਂ। ਸਹੀ ਗੱਲ ਹੈ, ਹਾਂ ਅੱਜ ਤਾਂ ਘਰ ਘਰ ਦੇਗ ਬਣਾਓ। ਲਓ ਜੀ ਅਤੇ ਲਓ ਬੀਬੀ ਨੂੰ ਤੁਸੀਂ ਮਿਲਣੇ ਹੋ। ਅਤੇ ਜ਼ਿਆਦਾ ਗੱਲਾਂ ਆਪਾਂ ਇਸ ਚੈਨਲ 'ਤੇ ਨਹੀਂ ਕਰਦੇ ਕਿਉਂਕਿ ਆਪਾਂ ਦੂਜਾ ਚੈਨਲ ਹੈਗਾ ਆਪਣਾ ਗੱਲਾਂ ਗੁੱਲਾਂ ਮਾਰਨ ਵਾਸਤੇ, ਪਰ ਮੈਂ ਬਣਾਉਂਦੀ ਵੀਡੀਓ ਘੱਟ ਆ ਉਹਦੇ 'ਤੇ, ਹੈ ਨਾ। ਅਤੇ ਉਹਦੇ 'ਤੇ ਵੀ ਆਪਾਂ ਵਲੌਗ ਬਣਾਇਆ ਹੋਇਆ, ਸ਼ਾਇਦ ਤੁਹਾਡੇ ਤੱਕ ਪਹੁੰਚ ਹੀ ਗਿਆ ਹੋਣਾ। ਅਤੇ ਅੱਜ ਤੁਸੀਂ ਦੇਖ ਰਹੇ ਹੋਵੋਗੇ ਇੱਕ ਨਵੀਂ ਚੇਂਜ, ਮੈਂ ਹਮੇਸ਼ਾ ਇੰਚੀ ਟੇਪ ਹੈ ਜਿਹੜਾ ਉਹ ਗਵਾ ਲੈਣੀ ਹੁੰਦੀ ਆ, ਤੁਹਾਨੂੰ ਪਤਾ ਹੀ ਆ ਵੀਡੀਓ ਦੇ ਵਿੱਚ, ਹੈ ਨਾ। ਅਤੇ ਬਹੁਤ ਸਾਰੇ ਤਾਂ ਮੈਨੂੰ ਕਮੈਂਟ ਵੀ ਆਉਂਦੇ ਸੀਗੇ ਕਿ ਆਪਣਾ ਵੀਡੀਓ, ਆਪਣਾ ਜਿਹੜਾ ਇੰਚੀ ਟੇਪ ਹੈ ਉਹਨੂੰ ਗਲ 'ਚ ਪਾ ਕੇ ਰੱਖੋ। ਸੋ ਅੱਜ ਆਪਾਂ ਗਲ ਦੇ ਵਿੱਚ ਪਾ ਲਿਆ, ਅੱਜ ਤੁਹਾਡੀ ਮੰਨ ਲਈ, ਤੁਹਾਡੀ ਮੰਨ ਲਈ ਆ। ਅਤੇ ਐਂ ਨਹੀਂ ਪਤਾ ਵੀ ਇਹ ਕਿੰਨੀ ਦੇਰ ਮੇਰੇ ਗਲ 'ਚ ਰਹੂਗਾ ਅਤੇ ਕਦੋਂ ਇਹ ਕਿਤੇ ਦੀ ਕਿਤੇ ਪਹੁੰਚ ਜੂਗਾ, ਉਹ ਦੇਖਦੇ ਹਾਂ, ਵੇਟ ਕਰਦੇ ਹਾਂ। ਬਣੇ ਰਹੋ ਮੇਰੇ ਨਾਲ ਵੀਡੀਓ 'ਚ, ਹੋਰ ਨਹੀਂ ਸੂਟ ਦੇਖਣ ਲਈ, ਨਹੀਂ ਤਾਂ ਇੰਚੀ ਟੇਪ ਦੇਖਣ ਲਈ ਜ਼ਰੂਰ ਬਣੇ ਰਹੋ ਕਿ ਇੰਚੀ ਟੇਪ ਆ ਜਿਹੜਾ ਉਹ ਕਿੰਨੀ ਦੇਰ ਮੇਰਾ ਸਾਥ ਨਿਭਾਉਂਦਾ ਹੈ। ਲਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਅਤੇ ਪਹਿਲਾ ਸੂਟ ਆ ਜਿਹੜਾ ਬਹੁਤ ਫਾਈਨ ਜੋਰਜਟ 'ਤੇ ਬਣਿਆ ਹੋਇਆ, ਬਹੁਤ ਜ਼ਿਆਦਾ ਬਹੁਤ ਹੀ ਸੋਹਣਾ ਹੈ। ਅਤੇ ਜੋਰਜਟ ਐਨ ਮਲਾਈ ਵਰਗੀ, ਠੀਕ ਹੈ ਜੀ। ਕਰੀਮ ਕਲਰ ਹੈ ਇਹਦਾ, ਕਰੀਮ ਰੰਗ। ਇੱਕ ਮਿੰਟ, ਸਹੀ ਜੀ ਤਹਿ ਲਾ ਲਈਏ, ਆ ਲਓ, ਠੀਕ ਹੈ ਜੀ। ਇੱਕ ਫਲਾਵਰ ਆਊਗਾ ਬੈਕ ਸਾਈਡ 'ਤੇ ਤੇ ਇੱਕ ਫਲਾਵਰ ਆਊਗਾ ਫਰੰਟ ਤੇ। ਇਹ ਹੈਗਾ ਬੈਕ ਸਾਈਡ ਦਾ ਫਲਾਵਰ, ਬੈਕ ਸਾਈਡ ਦੇ ਘੇਰੇ ਤੇ ਆਊਗਾ, ਇਹ ਬਾਜੂ ਤੇ ਆਊਗਾ ਆਹ ਵਾਲਾ, ਠੀਕ ਹੈ ਜੀ। ਤੇ ਅੱਗੇ ਆਪਾਂ ਦਿਖਾਉਣੇ ਆ ਤੁਹਾਨੂੰ, ਇਹ ਇਹਦਾ ਹੈਗਾ ਫਰੰਟ, ਫਰੰਟ ਦੇ ਉੱਪਰ ਫਲਾਵਰ ਹੈਗਾ ਥੋੜਾ ਵੱਡਾ ਹੈ ਤੇ ਇਹਦੇ ਉੱਪਰ ਆਹ ਮਟੈਲਿਕ ਪੇਂਟ ਜਿਹਾ ਤੁਹਾਨੂੰ ਦਿਖ ਰਿਹਾ ਹੋਣਾ, ਇਹ ਹੋਇਆ ਹੋਇਆ। ਤੇ ਬਾਜੂ ਤੇ ਇਧਰ ਇੱਕ ਸਾਈਡ ਤੇ ਬਾਜੂ ਦਾ ਫਲਾਵਰ ਹੈ ਤੇ ਨੀਚੇ ਲੱਗੀ ਹੋਈ ਆ ਇਹਦੇ ਲੇਸ, ਲੇਸ ਲੱਗੀ ਹੋਈ ਆ ਘੇਰੇ ਤੇ, ਠੀਕ ਹੈ ਜੀ। ਤੇ ਜੋਰਜਟ ਤਾਂ ਬਹੁਤ ਹੀ ਜ਼ਿਆਦਾ, ਉਹ ਮੈਂ ਤੁਹਾਨੂੰ ਦੱਸਦਾ ਵੀ ਬਹੁਤ ਸੋਹਣੀ ਹੈ। ਇਹ ਹੈਗਾ ਜੀ ਇਹਦੇ ਨਾਲ ਪਲੇਨ ਸਲਵਾਰ ਦਾ ਪੀਸ ਮਿਲੂਗਾ ਤੁਹਾਨੂੰ, ਅਤੇ ਸਲਵਾਰ ਵੀ ਮਿਲੂਗੀ ਤੁਹਾਨੂੰ 2.5 ਮੀਟਰ, ਅਤੇ ਸ਼ਰਟ ਵੀ ਮਿਲੂਗਾ ਤੁਹਾਨੂੰ 2.5 ਮੀਟਰ। ਆਮ ਕਰਕੇ ਸਟੈਂਡਰਡ ਸਾਈਜ਼ ਆ ਜਿਹੜਾ ਉਹ 2.5 ਮੀਟਰ ਹੀ ਹੁੰਦਾ, ਆਰਾਮ ਨਾਲ 2.5 ਮੀਟਰ ਹੈਗਾ ਜੀ। ਵਾਰ ਵੀ ਬਹੁਤ ਖੁੱਲ੍ਹਾ ਹੈ, ਹਾਂ। ਅਤੇ ਖੁੱਲ੍ਹੀ ਡੁੱਲੀ ਸਲਵਾਰ ਬਣ ਜੂਗੀ, ਕੋਈ ਚੱਕਰ ਨਹੀਂ ਹੈਗਾ, ਠੀਕ ਹੈ।
ਤੇ ਇਹਦੇ ਨਾਲ ਮਿਲੂਗਾ ਜੀ ਇਹ ਸੋਹਣਾ ਜਿਹਾ ਤੁਹਾਨੂੰ ਦੁਪੱਟਾ। ਇਹ ਆ ਲਓ ਫਾਈਨ ਜਾਰਜਟ ਦਾ ਸੂਟ ਹੈ, ਫਾਈਨ ਵਾਲੀ ਬਿਲਕੁਲ ਆ ਲਓ। ਇੰਨਾ ਜ਼ਿਆਦਾ ਸੋਹਣਾ ਲੱਗਦਾ ਦੁਪੱਟਾ ਵੀ, ਬਹੁਤ ਹੀ ਜ਼ਿਆਦਾ, ਠੀਕ ਹੈ। ਔਰ ਵਿੱਚੋਂ ਪਲੇਨ ਰਹੂਗਾ ਔਰ ਇੱਕ ਸਾਈਡ ਤੋਂ ਫਿਰ ਇਹਦੇ ਇੱਦਾਂ ਹੀ ਲਓ ਪ੍ਰਿੰਟ ਰਹੂਗਾ, ਠੀਕ ਹੈ ਜੀ। ਬਹੁਤ ਪਿਆਰਾ ਸੂਟ ਹੈ ਅਤੇ ਫੋਰ ਸਾਈਡ ਲੇਸ ਮਿਲੂਗੀ ਅਤੇ ਪ੍ਰਾਈਸ ਸੋਹਣੇ ਜਿਹੇ ਸੂਟ ਦੀ ਰਹੂਗੀ 1500 ਰੁਪਏ। ਇਹ ਸੀਗਾ ਜੀ ਜੋਰਜਟ ਦੇ ਵਿੱਚ। ਨੈਕਸਟ ਸੂਟ ਆ ਜਿਹੜਾ ਇਹ ਹੈਗਾ ਜੀ ਮਸਲੀਨ ਦੇ ਵਿੱਚ, ਮਸਲੀਨ ਦਾ ਸੂਟ ਔਰ ਮਸਲੀਨ ਦਾ ਦੁਪੱਟਾ, ਠੀਕ ਹੈ ਜੀ। ਇਹ ਵੀ ਕਰੀਮ ਕਲਰ ਹੈ, ਥੋੜ੍ਹਾ ਜਿਹਾ ਫਰਕ ਹੈ ਮੇਰੇ ਖਿਆਲ, ਇਹਨੂੰ ਆਫ ਵਾਈਟ ਕਹੀਏ ਅਤੇ ਇਹਨੂੰ ਕਰੀਮ ਕਹੀਏ, ਹੈ ਨਾ। ਲਓ ਜੀ 5 ਮੀਟਰ ਸੂਟ ਮਿਲੂਗਾ, ਇਹਦੇ 'ਤੇ ਵਰਕ ਵੀ ਹੋਇਆ ਹੋਇਆ ਫਲਾਵਰ 'ਤੇ, ਹਾਈਲਾਈਟ ਕੀਤਾ ਹੋਇਆ। ਅਤੇ ਇੱਧਰ ਸਾਈਡ 'ਤੇ ਮਿਲੂਗੀ ਤੁਹਾਨੂੰ ਬਾਜੂ, ਅਤੇ ਬਾਜੂ 'ਤੇ ਵੀ ਵਰਕ ਮਿਲੂਗਾ ਨਾਲ, ਠੀਕ ਹੈ ਜੀ। ਅਤੇ ਬੈਕ ਸਾਈਡ ਰਹੂਗੀ ਇਹਦੀ ਪਲੇਨ, ਪੂਰਾ ਸੂਟ ਮਿਲੂਗਾ ਤੁਹਾਨੂੰ ਫਾਈਨ ਵਾਲੀ ਮਸਲੀਨ ਵਾਲਾ, ਠੀਕ ਹੈ। ਅਤੇ ਨਾਲ ਮਸਲੀਨ ਦਾ ਦੁਪੱਟਾ, ਅਤੇ ਦੁਪੱਟੇ ਦੇ ਵਿੱਚ 4 ਸਾਈਡ ਲੇਸ, ਅਤੇ ਨਾਲ ਮਿਲੂ ਤੁਹਾਨੂੰ ਸੀਕੁਐਂਸ ਵਰਕ, ਪੂਰੇ ਦੁਪੱਟੇ 'ਚ ਸੀਕੁਐਂਸ ਵਰਕ। ਸਿਰ 'ਤੇ ਆਰਾਮ ਨਾਲ ਰਹਿ ਜੂਗਾ, ਜਿਹੜੀਆਂ ਭੈਣਾਂ ਕਹਿੰਦੀਆਂ ਅਸੀਂ ਸਿਰ 'ਤੇ ਲੈਣਾ ਅਤੇ ਸਾਡੇ ਸਿਰ 'ਤੇ ਦੁਪੱਟਾ ਖੜ੍ਹਨਾ ਚਾਹੀਦਾ, ਉਹਨਾਂ ਲਈ ਇਹ ਬੈਸਟ ਆਪਸ਼ਨ ਹੈ, ਸੋ ਲੈ ਸਕਦੀਆਂ ਨੇ ਉਹ। ਚੌੜਾ ਬਹੁਤ ਹੈ ਦੁਪੱਟਾ, ਜੇ 2.5 ਮੀਟਰ ਨਾ ਵੀ ਹੋਇਆ ਤਾਂ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ, ਠੀਕ ਹੈ, ਹੋ ਸਕਦਾ ਇਹ 2.25 ਹੀ ਹੋਵੇ। ਅਤੇ ਅਗਲਾ ਸੂਟ ਆਪਣੇ ਕੋਲ ਲਾਸਟ ਪੀਸ ਬਚਿਆ, ਇਸ ਤੋਂ ਬਾਅਦ ਜਿਹੜੇ ਆਉਣਗੇ ਉਹ ਹੋਰ ਸਟੱਫ 'ਤੇ ਆਉਣਗੇ, ਫੈਬਰਿਕ ਦੇ ਵਿੱਚ ਲਾਸਟ ਪੀਸ ਹੈ ਇਹ ਆਪਣੇ ਕੋਲ। ਉਸ ਤੋਂ ਬਾਅਦ ਰੂਬੀ ਸਿਲਕ ਵਗੈਰਾ 'ਤੇ ਵੀ ਆਉਣਗੇ ਇਹਦੇ ਨਾਲ ਦੇ, ਬਹੁਤ ਫਾਈਨ ਵਾਲੇ ਉਹ ਵੀ ਬਹੁਤ ਜਲਦੀ ਆ ਰਹੇ ਨੇ, ਪਰ ਕੈਮਰਿਕ ਕੋਟਨ ਦੇ ਵਿੱਚ ਆਪਣੇ ਕੋਲ ਇਹ ਇੱਕੋ ਹੀ ਪੀਸ ਹੈ ਹੁਣ। ਇਹ 'ਚ ਰੰਗ ਵੀ ਸਹੀ ਆ ਰਹੇ ਆ, ਕਲਰ ਆਪਾਂ 'ਚ ਫੋਨ ਆ ਜਿਹੜਾ ਜੀ ਆਪਣਾ ਆ ਗਿਆ ਦੂਜਾ ਆਈਫੋਨ, ਇਹ ਆਪਣੇ ਕੋਲ ਪਹਿਲਾਂ ਵੀ ਹੈਗਾ ਸੀ, ਕਿਸੇ ਵਜ੍ਹਾ ਕਾਰਨ ਇਹ ਕਿਤੇ ਚਲਾ ਗਿਆ ਸੀ ਅਤੇ ਹੁਣ ਫਿਰ ਵਾਪਸ ਮੁੜਿਆ ਆ। ਅਤੇ ਕਲਰ ਇਹਦੇ ਵਿੱਚ ਬਿਲਕੁਲ ਐਗਜੈਕਟ ਆਉਂਦੇ ਨੇ, ਠੀਕ ਹੈ ਜੀ। ਆਪਾਂ ਲੈਂਥ ਵਗੈਰਾ ਨਾਪ ਲਈਏ ਖੋਲ ਕੇ। ਲਓ ਜੀ ਪੀਕੋਕ ਸ਼ੇਡ ਹੈ ਔਰ ਕੈਮਰਿਕ ਦਾ ਤੁਹਾਨੂੰ ਮਿਲੂਗਾ ਇਹ ਲਾਸਟ ਵਾਲਾ ਪੀਸ ਹੈ ਇਸ ਡਿਜ਼ਾਈਨ ਦਾ। ਪਹਿਲਾਂ ਆਪਣੇ 4-5 ਸੂਟ ਨਿਕਲ ਚੁੱਕੇ ਨੇ, ਠੀਕ ਹੈ ਜੀ। ਸਟੱਫ ਅੱਛਾ ਹੈ, ਕੈਮਰਿਕ ਕੋਟਨ ਹੈ ਅਤੇ ਹੁਣ ਆਪਾਂ ਨੂੰ ਇਹਦੀ ਜ਼ਰੂਰਤ ਪੈ ਗਈ ਹੈ। ਲਓ ਜੀ ਲੈਂਥ ਰਹੂਗੀ ਇਹਦੀ 43.5, 43.5 ਲੈਂਥ ਰਹੂਗੀ। ਘੇਰਾ ਵੀ ਤੁਹਾਨੂੰ ਦੱਸ ਦਿਆਂ ਕਿ ਇਹ ਸਾਈਡ 'ਤੇ ਕਿੰਨਾ ਕੁ ਕਿੰਨੀ ਕੁ ਜਗ੍ਹਾ ਹੈਗੀ, ਇੰਨੀ ਕੁ ਤਾਂ ਆਪਾਂ ਨੂੰ ਛੱਡਣੀ ਵੀ ਪੈਂਦੀ ਆ। ਅਤੇ ਆਰਾਮ ਨਾਲ ਤੁਹਾਡਾ ਘੇਰਾ ਜਿਹੜਾ 24-24 ਤੱਕ ਰੈਡੀ ਹੋ ਜੂਗਾ। ਜਿਹੜੀਆਂ ਭੈਣਾਂ ਨੂੰ ਚਾਹੀਦਾ ਲੈ ਸਕਦੀਆਂ ਨੇ, ਘੱਟ ਵੀ ਕਰ ਸਕਦੇ, ਘੱਟ ਤਾਂ ਕਰ ਹੀ ਸਕਦੇ ਜਿੰਨਾ ਮਰਜ਼ੀ ਕਰ ਲਓ ਘੱਟ ਤਾਂ। ਆ ਲਓ ਜੀ ਇਹ ਹੈਗਾ ਆਪਣਾ ਬਾਜੂ, ਬਾਜੂ ਦਾ ਵਰਕ, ਠੀਕ ਹੈ। ਠੀਕ ਹੈ ਜੀ ਅਤੇ ਪ੍ਰਾਈਸ ਰੇਂਜ 1350, 1350 ਦੇ ਵਿੱਚ ਕੈਮਰੀ ਕੋਟਨ ਦਾ ਸੂਟ ਤੁਹਾਡੇ ਘਰ ਪਹੁੰਚ ਜਾਣਾ। ਸ਼ਿਪਿੰਗ ਚਾਰਜਸ ਤੁਸੀਂ ਕੋਈ ਨਹੀਂ ਦੇਣੇ, ਥਰੈਡ ਵਰਕ ਹੋਇਆ ਔਰ ਮਿਰਰ ਵਰਕ ਵੀ ਹੈ ਵਿੱਚ ਵਿੱਚ, ਬਹੁਤ ਸੋਹਣਾ ਸੂਟ ਹੈ ਔਰ ਵੱਡੇ ਪੰਨੇ ਦਾ ਸੂਟ ਹੈ। ਲਓ 3.5 ਮੀਟਰ, ਮੈਨੂੰ ਤਾਂ ਲੱਗਦਾ ਇਹ 4 ਹੀ ਲੱਗ ਰਿਹਾ ਮੈਨੂੰ, ਵੱਡੇ ਪੰਨੇ ਦਾ।
ਇਹ ਲਾਸਟ ਪੀਸ ਔਰ ਬੇਬੀ ਪਿੰਕ ਨੈਚੁਰਲ ਕਰੇਪ ਦੇ ਵਿੱਚ ਇਹਦਾ ਆਪਾਂ ਹੁਣ ਨਾਪ ਦਿੰਦੇ ਹਾਂ ਘੇਰਾ ਅਤੇ ਲੈਂਥ। ਘੇਰੇ ਦਾ ਕੋਈ ਇਸ਼ੂ ਨਹੀਂ ਹੈ ਕਿਉਂਕਿ ਇਹਦਾ ਵਰਕ ਹੈ ਜਿਹੜਾ ਉਹ ਵਿਚਕਾਰ ਹੋਇਆ ਹੋਇਆ, ਇਹ ਚੌਕਾਂ ਵਾਲਾ ਵਰਕ ਨਹੀਂ ਹੈਗਾ, ਤੁਹਾਨੂੰ ਸਿਰਫ ਲੈਂਥ ਦੀ ਜ਼ਰੂਰਤ ਹੈਗੀ ਹੈ, ਉਹ ਆਪਾਂ ਨਾਪ ਦਿੰਦੇ ਹਾਂ ਤੁਹਾਨੂੰ। ਲੈਂਥ ਇੱਥੇ ਤੱਕ ਜਾਊਗੀ, ਲੈਂਥ ਤਾਂ ਆਰਾਮ ਨਾਲ 43 ਜਾਂ 43.5 44 ਤੱਕ ਵੀ ਜਾ ਸਕਦੀ ਹੈ, 44 ਤੱਕ ਵੀ ਜਾ ਸਕਦੀ ਹੈ, ਕਾਫੀ ਹੈਗੀ ਹੈ ਲੈਂਥ ਇਹਦੀ। ਔਰ ਬਹੁਤ ਸੋਹਣਾ ਬੇਬੀ ਪਿੰਕ ਕਲਰ ਹੈ, ਐਗਜੈਕਟ ਬੇਬੀ ਪਿੰਕ ਸਟੱਫ, ਬਹੁਤ ਸੋਹਣਾ ਹੈ, ਵਰਕ ਬਹੁਤ ਸੋਹਣਾ ਹੈ। ਲਓ ਜੀ ਇਹ ਹੈਗਾ ਇਹਦਾ ਬਾਜੂ ਦਾ ਵਰਕ ਉੱਪਰਲਾ ਛੋਟੇ ਵਾਲਾ, ਅਤੇ ਜਿਹੜਾ ਵੱਡੇ ਵਾਲਾ ਉਹ ਵਰਕ ਹੈਗਾ ਸਲਵਾਰ ਦਾ, ਅਤੇ ਪ੍ਰਾਈਸ ਰੇਂਜ 1550 1550 ਦੇ ਵਿੱਚ। ਇਹ ਨੈਚੁਰਲ ਕਰੇਪ ਦਾ ਸੂਟ, ਲਸ਼ ਲਸ਼ ਕਰਦਾ ਸੂਟ ਤੁਹਾਨੂੰ ਮਿਲ ਜਾਣਾ, ਸ਼ਿਪਿੰਗ ਚਾਰਜਿਸ ਤੁਸੀਂ ਕੋਈ ਨਹੀਂ ਦੇਣੇ। ਲਓ ਅਗਲਾ ਪੀਸ ਹੈ ਜਿਹੜਾ, ਇਹ ਵੀ ਸਿੰਗਲ ਹੈ ਪਰ ਇਹ ਨੈਚੁਰਲ ਕਰੇਪ ਨਹੀਂ ਹੈਗਾ, ਸੈਮੀ ਕਰੇਪ ਹੈ। ਲਓ ਜੀ ਇਹ ਹੈਗਾ ਨੈੱਕ ਵਰਕ, ਆ ਲਓ ਚੰਗੀ ਤਰ੍ਹਾਂ ਦੇਖ ਲਓ ਇਹਨੂੰ ਤੁਸੀਂ, ਫਿਰ ਮੈਂ ਦੱਸਦੀ ਹਾਂ ਕਿ ਕਿੱਦਾਂ ਬਣੂੰਗਾ। ਇਹ ਬਣੂੰਗਾ ਇੱਥੋਂ ਇੱਦਾਂ, ਇਹਦਾ ਗਲਾ ਹੈਗਾ ਜਿਹੜਾ ਉਹ ਇੱਥੋਂ ਇਸ ਤਰ੍ਹਾਂ ਬਣਨਾ ਜੀ, ਠੀਕ ਹੈ, ਇੱਦਾਂ ਕਰਕੇ ਗਲਾਈ 'ਚ। ਤੁਸੀਂ ਇੱਥੋਂ ਵੀ ਲੈ ਸਕਦੇ ਹੋ ਇਹਦਾ ਗਲਾ, ਜਿਵੇਂ ਮਰਜ਼ੀ ਲੈ ਲਓ, ਜੇ ਲੈਂਥ ਵਧਾਉਣ, ਲੈਂਥ ਦਾ ਤਾਂ ਕੋਈ ਇਸ਼ੂ ਹੈ ਨਹੀਂ, ਘੇਰੇ 'ਤੇ ਵਰਕ ਨਹੀਂ ਹੈ, ਜਿਸ ਤਰ੍ਹਾਂ ਮਰਜ਼ੀ ਤੁਸੀਂ ਇਹਦਾ ਗਲਾ ਹੈ ਉਹ ਬਣਾ ਸਕਦੇ ਹੋ, ਇਹ ਆਊਗਾ ਇੱਦਾਂ ਗਲੇ 'ਤੇ ਵਰਕ, ਠੀਕ ਹੈ। ਅਤੇ ਨੈਕਸਟ ਵਰਕ ਹੈ ਇਹਦੇ ਸਲਵਾਰ 'ਤੇ ਔਰ ਬਾਜੂ 'ਤੇ, ਹਾਲੋ ਉਲਟਾ ਦਿਖ ਰਿਹਾ ਤੁਹਾਨੂੰ, ਇਹ ਬਾਜੂ ਵਰਕ ਹੈ, ਜਰੀ ਵਰਕ ਪਲੱਸ ਰੈੱਡ ਵਰਕ, ਠੀਕ ਹੈ ਜੀ। ਅਤੇ ਨੈਕਸਟ ਹੈ ਇਹਦਾ ਉਸੇ ਤਰ੍ਹਾਂ ਦਾ ਹੀ ਸਲਵਾਰ ਦਾ ਵਰਕ, ਗ੍ਰੇ ਕਲਰ ਹੈ, ਡਾਰਕ ਗ੍ਰੇ ਕਲਰ ਹੈ, ਸੈਮੀ ਕਰੇਪ ਬਹੁਤ ਫਾਈਨ ਲੱਗੀ ਹੋਈ ਹੈ, ਅਤੇ ਪ੍ਰਾਈਸ ਰੇਂਜ ਹੈ ਜਿਹੜੀ ਉਹ ਰਹੂਗੀ ਸਿਰਫ 1400 ਰੁਪਏ, 1400 ਦੇ ਵਿੱਚ ਇਹ ਬਹੁਤ ਸੋਹਣਾ ਜਿਹਾ ਸੂਟ ਤੁਹਾਨੂੰ ਮਿਲ ਜਾਣਾ, ਸ਼ਿਪਿੰਗ ਚਾਰਜਿਸ ਕੋਈ ਨਹੀਂ ਦੇਣੇ। ਅਤੇ ਨੈਕਸਟ ਆਪਣਾ ਹੈਗਾ ਨੈਚੁਰਲ ਕਰੇਪ ਦੇ ਵਿੱਚ ਇਸ ਡਿਜ਼ਾਈਨ ਦੇ ਵਿੱਚ ਪੀਸ ਹੈ, ਬਸ ਇੱਕੋ ਹੀ ਪੀਸ ਹੈ ਇਹ ਵੀ, ਔਰ ਕਲਰ ਬਹੁਤ ਜ਼ਿਆਦਾ ਸੋਹਣਾ ਨੈਚੁਰਲ ਕਰੇਪ ਦਾ, ਇਹ ਵਾਲਾ ਨੈਚੁਰਲ ਕਰੇਪ ਦਾ, ਇਹ ਵਾਲਾ ਸੈਮੀ ਕਰੇਪ ਦਾ, ਠੀਕ ਹੈ ਜੀ। ਧਿਆਨ ਰੱਖਿਓ ਤੁਸੀਂ ਵੀਡੀਓ ਧਿਆਨ ਨਾਲ ਦੇਖ ਲਿਆ ਕਰੋ, ਤੁਸੀਂ ਕਾਹਲੀ ਕਰ ਜਾਂਦੇ ਹੋ ਅਤੇ ਵੀਡੀਓ ਦੇਖਦੇ ਨਹੀਂ ਚੰਗੀ ਤਰ੍ਹਾਂ। ਲਓ ਜੀ ਕਲਰ ਇੰਨਾ ਜ਼ਿਆਦਾ ਸੋਹਣਾ ਹੈ, ਗ੍ਰੀਨ ਬਹੁਤ ਹੀ ਪਿਆਰਾ ਕਲਰ ਹੈ, ਸਹੀ ਆ ਰਿਹਾ, ਹਾਂ ਸਹੀ ਆ ਰਿਹਾ ਕਲਰ ਤੁਹਾਨੂੰ। ਅਤੇ ਇਹਦੇ 'ਤੇ ਵੀ ਉੱਦਾਂ ਹੀ ਗਲਾ ਬਣਨਾ, ਇੱਥੇ ਨੈੱਕ ਵਰਕ ਹੈ ਅਤੇ ਉਸੇ ਤਰ੍ਹਾਂ ਹੀ ਇਹਦੇ 'ਤੇ ਸਲਵਾਰ 'ਤੇ ਬਾਜੂ ਵਰਕ ਹੈ, ਠੀਕ ਹੈ। ਜੇ ਤੁਹਾਨੂੰ ਇਹ ਸੂਟ ਚਾਹੀਦੇ ਹੋਣ ਦੁਬਾਰਾ, ਤਾਂ ਆਪਾਂ ਤੁਹਾਨੂੰ ਦੁਬਾਰਾ ਇਸੇ ਪ੍ਰਾਈਸ 'ਤੇ ਬਣਾ ਕੇ ਦੇਵਾਂਗੇ, ਪਰ ਥੋੜ੍ਹੀ ਵੇਟ ਕਰਨੀ ਪੈ ਸਕਦੀ ਹੈ, ਫਿਰ ਕਾਹਲੀ ਨਾ ਹੋਵੇ, ਜੇ ਕਾਹਲੀ ਹੈ ਫਿਰ ਆਪਣੇ ਤੋਂ ਇੱਦਾਂ ਨਹੀਂ ਬਣਨੇ ਹੈਗੇ। ਪਰ ਆਪਾਂ ਨੂੰ ਸੇਮ ਰੇਂਜ ਦੇ ਵਿੱਚ ਥੋੜ੍ਹਾ ਜਿਹਾ ਟਾਈਮ ਹੈ ਜਿਹੜਾ 15-20 ਦਿਨ ਆ, ਜਿਹੜੇ ਘੱਟੋ ਘੱਟ ਉਹ ਚਾਹੀਦੇ ਹੁੰਦੇ। ਪ੍ਰਾਈਸ ਰੇਂਜ 1550 ਇਹਦੀ, ਠੀਕ ਹੈ ਜੀ। ਅਗਲਾ ਸੂਟ ਆ ਜਿਹੜਾ ਇਹ ਹੈਗਾ ਜੀ ਆਪਣੇ ਕੋਲ ਸ਼ਿਮਰ ਦਾ ਸ਼ਰਟ ਹੈ, ਪਿਓਰ ਵਿਸਕੋਸ ਦੀ ਸ਼ਿਮਰ ਹੈਗੀ ਆ, ਆਹ ਦੇਖੋ ਪਹਿਲਾਂ ਤੁਹਾਨੂੰ ਮੈਂ ਦਿਖਾਈ ਦੇਵਾਂ ਸਟੈਂਪ ਲੱਗੀ ਹੋਈ ਸਾਈਡ 'ਤੇ, 100% ਪਿਓਰ ਵਿਸਕੋਸ, ਠੀਕ ਹੈ ਜੀ। ਸ਼ਿਮਰ ਦਾ ਸ਼ਰਟ ਹੈ ਇਹ, ਬਹੁਤ ਪਿਆਰਾ ਜਿਹਾ ਕਲਰ ਹੈ ਇਹ, ਲਓ ਚਾਹੇ ਇਹਨੂੰ ਨਿਆਣੀ ਪਾਵੇ ਚਾਹੇ ਇਹਨੂੰ ਸਿਆਣੀ ਪਾਵੇ, ਜੋ ਮਰਜ਼ੀ ਪਾਵੇ, ਹਰ ਇੱਕ ਨੂੰ ਜਚ ਜੂਗਾ ਇਹ,
ਬੜਾ ਪਿਆਰਾ ਕਲਰ ਹੈ, ਬਹੁਤ ਜ਼ਿਆਦਾ ਸੋਹਣਾ ਕਲਰ ਹੈ। ਤੇ ਇਹ ਹੈਗੀ ਹੈ ਜੀ ਫਾਈਨ ਵਾਲੀ ਮਸਲੀਨ, ਬਹੁਤ ਸੋਹਣੀ ਮਸਲੀਨ ਹੈ ਸਲਵਾਰ, ਠੀਕ ਹੈ। ਔਰ ਸਲਵਾਰ ਦੇ ਉੱਪਰ ਹੋਇਆ ਹੋਇਆ ਬਹੁਤ ਪਿਆਰਾ ਜਿਹਾ ਵਰਕ, ਇਹ ਲਓ ਬਹੁਤ ਸੋਹਣਾ ਵਰਕ ਹੋਇਆ ਹੋਇਆ ਸਲਵਾਰ 'ਤੇ। ਅਤੇ ਪ੍ਰਾਈਸ ਰੇਂਜ ਇੰਨੇ ਸੋਹਣੇ ਸੂਟ ਦੀ ਰਹੂਗੀ ਸਿਰਫ 1750 ਰੁਪਏ, 1750 ਦੇ ਵਿੱਚ ਇਹ ਪਿਆਰਾ ਜਿਹਾ ਸੂਟ ਤੁਹਾਡੇ ਘਰ ਪਹੁੰਚ ਜਾਣਾ, ਸ਼ਿਪਿੰਗ ਚਾਰਜਸ ਕੋਈ ਨਹੀਂ ਹੋਣ ਦੇਣੇ ਤੁਸੀਂ। ਅਤੇ ਨੈਕਸਟ ਹੈਗਾ ਆਪਣਾ ਮਲਬਰੀ ਸਿਲਕ ਦਾ ਸ਼ਰਟ ਮਿਲੂਗਾ, ਬਕਾਇਦਾ ਤੁਹਾਨੂੰ ਸਟੈਂਪ ਮਿਲੂਗੀ, ਉਹ ਬੀਬੀ ਦਿਖਾ ਦਿਉ। ਆ ਲਓ 100% ਪਿਓਰ ਵਿਸਕੋਸ ਐਸ ਕੇ ਦੀ ਮਲੀਬੂ ਸਿਲਕ ਕਹਿ ਦਿੰਦੇ ਆ ਜਾਂ ਮਲਬਰੀ ਸਿਲਕ ਵੀ ਕਹਿ ਦਿੰਦੇ ਆ ਉਹਨੂੰ, ਠੀਕ ਹੈ ਜੀ। ਅਤੇ ਪ੍ਰਿੰਟ ਮੈਂ ਤੁਹਾਨੂੰ ਚੰਗੀ ਤਰ੍ਹਾਂ ਖੋਲ੍ਹ ਕੇ ਦਿਖਾ ਦੇਣੀ ਹਾਂ। ਆ ਲਓ ਇਹ ਵਾਲਾ, ਇਹਦਾ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ, ਠੀਕ ਹੈ ਜੀ। ਅਤੇ ਰੀਵਾ ਦੀ ਸਲਵਾਰ, ਆ ਲਓ ਇੱਥੇ ਉੱਪਰ ਰੱਖ ਕੇ ਦਿਖਾਉਣੀ ਆ ਤੁਹਾਨੂੰ ਆਪਾਂ ਇੱਦਾਂ। ਇਹ ਹੈਗੀ ਹੈ ਜੀ ਰੀਵਾ ਦੀ ਸਲਵਾਰ, ਅਤੇ ਇਹਦਾ ਕਲਰ ਹੈਗਾ, ਆ ਲਓ ਇਹਨੂੰ ਜਾਂ ਤਾਂ ਤੁਸੀਂ ਸਟਰੇਟ ਸਲਵਾਰ ਬਣਾਓ ਜਾਂ ਤੁਸੀਂ ਇਹਨੂੰ ਕੁੰਦੇ ਵਾਲੀ ਸਲਵਾਰ ਵੀ ਬਣਾ ਸਕਦੇ ਹੋ, ਜਿਵੇਂ ਅੱਜ ਕੱਲ੍ਹ ਹਲਕੀਆਂ ਸਲਵਾਰਾਂ ਚੱਲਦੀਆਂ ਨੇ। ਆਹ ਤੁਸੀਂ ਆਪਦਾ ਪਹੁੰਚਾ ਕੱਢੋ, ਇਹਦਾ ਤੁਸੀਂ ਕੁੰਦਾ ਬਣਾਓ, ਠੀਕ ਹੈ। ਬਹੁਤ ਹੈਵੀ ਸਲਵਾਰ ਆਪਾਂ ਪਾਉਂਦੇ ਨਹੀਂ, ਰੀਵਾ ਦੀ ਸਲਵਾਰ ਹੈ। ਅਤੇ ਸਿੰਗਲ ਟਾਂਕੇ ਦਾ ਵਰਕ ਹੋਇਆ ਸਲਵਾਰ 'ਤੇ, ਬੀਬੀ ਇਹ ਦੇਖਣ ਵਾਲਾ, ਚੰਗੀ ਤਰ੍ਹਾਂ ਦਿਖਾ ਦੇ। ਸਿੰਗਲ ਟਾਂਕੇ ਦਾ ਵਰਕ ਹੋਇਆ ਹੋਇਆ, ਬਹੁਤ ਪਿਆਰਾ ਜਿਹਾ ਵਰਕ ਹੈ, ਮੈਂ ਥੋੜ੍ਹਾ ਜਿਹਾ ਉੱਪਰ ਨੂੰ ਉਠਾ ਕੇ ਇੱਦਾਂ ਦਿਖਾਉਣੀ ਹੈ, ਬਹੁਤ ਸੋਹਣਾ ਵਰਕ ਹੋਇਆ, ਸੂਟ ਬਹੁਤ ਪਿਆਰਾ ਬਣਿਆ। ਅਤੇ ਪ੍ਰਾਈਸ ਰੇਂਜ 1800 ਰੁਪਏ, 1800 ਦੇ ਵਿੱਚ ਤੁਹਾਨੂੰ ਕਿਤੋਂ ਵੀ ਮਲਬਰੀ ਸਿਲਕ ਦਾ ਸੂਟ ਸਿੰਗਲ ਟਾਂਕੇ ਦੀ ਸਲਵਾਰ ਵਾਲਾ ਨਹੀਂ ਮਿਲਣਾ, ਇਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਠੀਕ ਹੈ ਜੀ। ਲਓ ਚੱਕੋ। ਅਤੇ ਲਾਸਟ ਜਿਹੜਾ ਸੂਟ ਬਚਿਆ ਆਪਣੇ ਕੋਲ, ਇਹ ਹੈਗਾ ਟਾਈ ਡਾਈ ਦਾ ਸੂਟ, ਜੋਰਜਟ ਦੇ ਉੱਪਰ ਬਣਿਆ ਹੋਇਆ, ਫਾਈਨ ਵਾਲੀ ਜੋਰਜਟ ਹੈ, ਡਾਈਏਬਲ ਜੋਰਜਟ ਹੁੰਦੀ ਹੈ ਜਿਹੜੀ, ਉਹੀ ਜੋਰਜਟ ਹੈ। ਲਓ ਜੀ ਇਹ ਇਸ ਵੀਡੀਓ ਦਾ ਲਾਸਟ ਸੂਟ ਆ ਜਿਹੜਾ, ਉਹ ਹੈਗਾ ਆਪਣੇ ਕੋਲ ਟਾਈ ਡਾਈ ਵਾਲਾ। ਲਓ ਜੀ ਪਲੇਨ ਸਲਵਾਰ ਹੈ ਔਰ ਲਾਈਨਾਂ ਵਾਲੀ ਜੋਰਜਟ ਹੈ। ਅਤੇ ਸਲਵਾਰ ਮਿਲੂਗੀ ਤੁਹਾਨੂੰ 3 ਮੀਟਰ ਦੀ, ਖੁੱਲ੍ਹੀ ਡੁੱਲੀ ਜਿੰਨੀ ਮਰਜ਼ੀ ਬਣਾਈ ਚੱਲਿਓ, ਠੀਕ ਹੈ ਜੀ। ਕਈ ਭੈਣਾਂ ਨੂੰ ਹੁੰਦਾ ਕਿ ਸਲਵਾਰ ਖੁੱਲ੍ਹੀ ਪਾਉਣੀ ਹੈ, ਇਹ ਹੈਗੀ ਹੈ ਜੀ 3 ਮੀਟਰ ਦੀ ਸਲਵਾਰ। ਅਤੇ ਇਹ ਹੈਗਾ ਇਹਦੇ ਨਾਲ ਸ਼ਰਟ, ਬਹੁਤ ਹੀ ਸੋਹਣਾ ਜਿਹਾ ਟਾਈ ਡਾਈ ਦਾ ਸ਼ਰਟ ਹੈ, ਇਹ ਆ ਲਓ ਇਸ ਤਰ੍ਹਾਂ ਬਣਿਆ ਹੋਇਆ, ਠੀਕ ਹੈ। ਮੈਰੂਨ ਕਲਰ ਦੀ ਸਲਵਾਰ ਹੈ, ਅਤੇ ਨਾਲ ਇਹਦੇ ਹੈਗਾ ਦੁਪੱਟਾ, ਆ ਲਓ ਜੋਰਜਟ ਦਾ ਹੀ ਦੁਪੱਟਾ ਹੈ, ਠੀਕ ਹੈ, ਠੀਕ ਹੈ। ਜੋਰਜਟ ਦਾ ਦੁਪੱਟਾ ਅਤੇ ਜੋਰਜਟ ਦਾ ਸ਼ਰਟ, ਟਾਈ ਡਾਈ ਦੁਪੱਟੇ 'ਚ ਵੀ ਹੈ ਅਤੇ ਟਾਈ ਡਾਈ ਸ਼ਰਟ 'ਚ ਵੀ ਹੈ, ਸੇਮ ਹੈ। ਔਰ ਪਲੇਨ ਰਹੂਗੀ ਇਹਦੀ ਸਲਵਾਰ, ਬਹੁਤ ਜ਼ਿਆਦਾ ਸੋਹਣਾ ਸੂਟ ਹੈ। ਪਰ ਇਹ ਸੂਟ ਦੀ ਪ੍ਰਾਈਸ ਰਹੂਗੀ 2000 ਰੁਪਏ, 2000 ਦੇ ਵਿੱਚ ਇਹ ਸੋਹਣਾ ਜਿਹਾ ਸੂਟ ਤੁਹਾਨੂੰ ਘਰ ਬੈਠੇ ਬਿਠਾਏ ਮਿਲ ਜਾਣਾ, ਸ਼ਿਪਿੰਗ ਚਾਰਜਸ ਤੁਸੀਂ ਬਿਲਕੁਲ ਨਹੀਂ ਦੇਣੇ, ਠੀਕ ਹੈ ਜੀ। ਲਓ ਜੀ ਇਹ ਸੀ ਆਪਣੀ ਅੱਜ ਦੀ ਕੁਲੈਕਸ਼ਨ, ਉਮੀਦ ਹੈ ਤੁਹਾਨੂੰ ਪਸੰਦ ਆਊਗੀ। ਨਾ ਪਸੰਦ ਆਉਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ, ਇਹਦੇ ਵਿੱਚ ਸੂਟ ਹੀ ਇੱਕ ਤੋਂ ਇੱਕ ਵੱਧ ਕੇ ਨੇ। ਅਤੇ ਫਿਰ ਮਿਲਦੇ ਹਾਂ ਆਪਾਂ ਹੋਰ ਸੋਹਣੀ ਜਿਹੀ ਕੁਲੈਕਸ਼ਨ ਲੈ ਕੇ, ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।